पोस्टर लागे ने कि थोड़ा वापस ही चक लेंदा थोड़ी जी हिम्मत है तो लै जाओ वापस। मैं लोगों ने मेरे नाल गद्दारी की इलेक्शन दे विच मेरी गड्डियों में चढ़ के मेरे विरुद्ध भुगते ने तुसी एक्शन लो, कोई एक्शन नहीं लिया गया। तो गद्दार का सरदार आप बढ़ के श्रोमणी अकाली दल नूं टिप्पी मार गया। कभी नहीं है गुरु ग्रंथ साहब च आस्था बहुत दुनिया रखती है, बहुत लोग धर्म चाहे किसी के हो गुरु ग्रंथ साहब च आस्था रखते हैं क्योंकि हर धर्म का जो भगत की बाणी दर्ज है। गुरु कहते श्रोमणी अकाली दल की मदद की हो अकाली नहीं ओदा राजपूत ने जिसी का राज उसके पूत। The breaking news, a big blow to the Shiromani Akali Dal on behalf of Ranjit Singh Talwandi today. Many people were taunting the Akali Dal workers of the Khanna who joined the Teen Saab party and said that I was defeated by the Akali Dal Khanna workers cheating me at the time of the elections. And where, how could the party that could not be of their religion be of the people? Jo press ko na apni rakhi aur meeting rakhi hai kya joining hai kede kede bandiyan di ki dekho ajj ਸਰ ਜੱਸਾ ਸਿੰਘ ਹੋਰੀ ਗੁਰਬਾਨ ਸਿੰਘ ਹੋਰੀ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਡੇ ਨਾਲ ਜੁਆਇਨ ਕੀਤਾ। ਅੱਜ ਇਸ ਤਰ੍ਹਾਂ ਦਾ ਹੜ੍ਹ ਆ ਰਿਹਾ ਕਿ ਜਿਹੜੇ ਪੰਥਕ ਦਰਦੀ ਨੇ ਉਹ ਸਾਰੇ ਦੇ ਸਾਰੇ ਮਾਠਾ ਥੱਲੇ ਰੱਖੇ ਕਿਸੇ ਵੀ ਪਹਿਲਾਂ ਕਿਸੇ ਨਾਲ ਵੀ ਕਿਸੇ ਵੀ ਖਿਆਲ ਦੇ ਸੀਗੇ ਉਹ ਅੱਜ ਸ਼੍ਰੋਮਣੀ ਅਕਾਲੀ ਦਲ ਨਾਲ ਕਿਉਂ ਆਉਣ ਲੱਗੇ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਕਿ ਅਸੀਂ ਪੁਰਾਣੇ ਜੋਸ਼ ਜਿਹਨਾਂ ਮਕਸਦ ਲਈ ਜਾਂ ਜਿਹਨਾਂ ਸਿਧਾਂਤਾਂ ਲਈ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ 1920 ਵਿੱਚ ਉਸੇ ਤਰ੍ਹਾਂ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਐਸੀ ਪਾਰਟੀ ਬਣਾਈਏ। ਜਥੇਦਾਰ ਰਣਜੀਤ ਸਿੰਘ ਤਲਵੰਡੀਆ ਤੁਹਾਡੇ ਸਾਹਮਣੇ ਹੈ, ਅੱਜ ਪੇਪਰਾਂ 'ਚ ਤੁਸੀਂ ਪੜ੍ਹ ਹੀ ਲਿਆ ਕਿ ਬਹੁਤ ਵੱਡੇ ਉਤਸ਼ਾਹ ਨਾਲ ਇਹਨਾਂ ਨੇ ਜੁਆਇਨ ਕੀਤਾ ਕਿਉਂਕਿ ਤਲਵੰਡੀ ਸਾਹਿਬ ਦਾ ਪਰਿਵਾਰ ਹੈ ਜਿਹੜਾ ਇਹ ਕਈ ਪੁਸ਼ਤਾਂ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਪਰਿਵਾਰ ਹੈ ਔਰ ਜਥੇਦਾਰ ਜਗਦੇਵ ਸਿੰਘ ਤਲਵੰਡੀ ਦਾ ਲੋਹ ਪੁਰਸ਼ ਦੇ ਤੌਰ 'ਤੇ ਜਾਣੇ ਜਾਂਦੇ ਰਹੇ ਨੇ। ਇਸ ਕਰਕੇ ਇਹਨਾਂ ਨਾਲ ਆਉਣ ਨਾਲ ਵੀ ਸਾਡਾ ਪਹਿਲਾਂ ਗਰਚਾ ਬ੍ਰਦਰ ਖੜ੍ਹੇ ਨੇ ਇਹਨਾਂ ਨੇ ਸ਼ੁਰੂਆਤ ਕੀਤੀ ਲੁਧਿਆਣੇ ਵਿੱਚ ਉੱਥੇ ਇਹਨਾਂ ਨੇ ਆ ਕੇ ਜੁਆਇਨ ਕੀਤਾ ਇਹਨਾਂ ਨਾਲ ਵੀ ਬੜਾ ਵੱਡਾ ਇਕੱਠ ਸੀ ਉਸ ਦਿਨ ਅਤੇ ਉਹਨਾਂ ਨੇ ਜੁਆਇਨ ਕੀਤਾ ਸੀ। ਖੰਨੇ ਦੀ ਗੱਲ ਕਰੀਏ ਜੇਕਰ ਖੰਨੇ ਦੀ ਗੱਲ ਕਰੀਏ ਆਪਾਂ ਖੰਨੇ ਦੇ ਬੱਚੇ ਜਿੰਨੇ ਵੀ ਪੁਰਾਣੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਸੀਗੇ ਕੋਈ ਵੀ ਮੈਂਬਰ ਜਿਹੜਾ ਹਜੇ ਤੱਕ ਜੁਆਇਨ ਜਿਹੜਾ ਹੈ ਕਰਨ ਨੂੰ ਦੂਜੇ ਪੁੱਤਰ ਨਾਲ ਸਾਡੇ ਨਾਲ ਸਾਰੀ ਜੁਆਇਨ ਕਰ ਰਹੇ ਨੇ ਇਹ ਪੁਰਾਣੇ ਨਹੀਂ ਹਨ ਅਕਾਲੀ ਜਿਹਨੇ ਅੱਜ ਜੁਆਇਨ ਕੀਤੇ ਨੇ। ਬਹਿਬਲ ਕਲਾਕਾਂਡ ਦਾ ਮੁੱਖ ਦੋਸ਼ੀ ਤੁਸੀਂ ਬਾਦਲ ਮੰਨਦੇ ਹੋ ਜੀ? ਇਹਦਾ ਬਹਿਬਲ ਕਲਾਕਾਂਡ ਦਾ ਦੇਖੋ ਬਹਿਬਲ ਕਲਾਕਾਂਡ ਦਾ ਇੰਨਾ ਉਹਦਾ ਕਹਿੰਦੇ ਵੀ ਸਰਕਾਰ ਉਹਨਾਂ ਦੀ ਸੀ ਇਸ ਕਰਕੇ ਉਹਨਾਂ ਨੂੰ ਐਕਸਟਰਨਲ ਕਹਿੰਦੇ ਹੁਣ ਤਾਂ ਬਹਿਬਲ ਕਲਾਂ ਦਾ ਅਦਾਲਤ ਜਾਊਗੀ ਹੁਣ ਮੁੱਦਾ ਲੱਗੂਗਾ ਵੀ ਕਿੰਨਾ ਅਸੀਂ ਕਹਿੰਦੇ ਵੀ ਇਨਸਾਫ਼ ਮਿਲਣਾ ਚਾਹੀਦਾ। ਉਸ ਟਾਈਮ ਤੁਸੀਂ ਵੀ ਤਾਂ ਤੁਹਾਡਾ ਬੇਟਾ ਮੰਤਰੀ ਸੀਗਾ ਸਰਕਾਰ ਦੇ ਵਿੱਚ, ਫਿਰ ਸਰਕਾਰ ਨੇ ਤਾਂ ਕੁਛ ਨਹੀਂ ਉਹਦੇ ਕੀਤਾ ਜਿਵੇਂ ਦੱਸਿਆ ਕਿਸੇ ਨੂੰ ਦੱਸਿਆ ਹੀ ਨਹੀਂ, ਮੈਂ ਵੀ ਉਹਦੇ ਵਿੱਚ ਸੀ ਸਾਨੂੰ ਨਹੀਂ ਦੱਸਿਆ। ਤੁਸੀਂ ਜੋ ਹੁਣ ਗੱਲ ਕੀਤੀ ਹੈ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵਿੱਚੋਂ ਬਦਲਾ ਸਵਾਇਆ ਕਰਕੇ ਦੁਆਰਾ ਆਪਣੇ ਸਾਫ ਅਕਸਰ ਬੰਦੇ ਪੇਸ਼ ਕਰਾਂਗੇ, ਇਸ ਗੱਲ ਦੀ ਕੀ ਗਰੰਟੀ ਹੈ, ਇਸ ਗੱਲ ਦੀ ਸਿੱਖੀ ਵਿਸ਼ਵਾਸ ਦਵਾਓਗੇ ਕਿ ਵਾਕਈ ਜਿਹੜਾ ਪ੍ਰਸ਼ਾਸਨ ਅਸੀਂ ਬਹੁਤ ਸਾਰੇ ਟੈਲੀਵਿਜ਼ਨ ਚੈਨਲਾਂ 'ਤੇ ਚਾਹੇ ਦੇਸ਼ ਦੇ ਦੇਸ਼ ਦੇ ਨੇ ਸਭ 'ਤੇ ਯਕੀਨ ਦਵਾਇਆ ਕਿ ਅਸੀਂ ਬਿਲਕੁਲ ਹੀ ਦੋ ਤਿੰਨ ਗੱਲਾਂ ਜਿਹੜੀਆਂ ਕਰਨੀਆਂ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਪਾ ਕਰਨ ਦਾ ਕੋਸ਼ਿਸ਼ ਕਰਾਂਗੇ। ਜੋ ਕਫਲੇ ਹੋਏ ਨੇ ਹੋਰ ਹੋਏ ਨੇ ਉਹਨਾਂ ਦਾ ਜਦੋਂ ਸਾਨੂੰ ਲੋਕਾਂ ਨੇ ਮੌਕਾ ਦਿੱਤਾ ਉਹਨਾਂ ਦਾ ਦੁੱਧ ਤੇ ਦੁੱਧ ਤੇ ਪਾਣੀ ਦਾ ਪਾਣੀ ਉਠਾ ਕੇ ਇਦਾਂ ਨਹੀਂ ਹੋਏਗਾ ਵੀ ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਜਿਹਦੇ ਬੜੇ ਲੰਬਾ ਸਵਾਲ ਤੁਸੀਂ ਜਿਹੜਾ ਅਕਾਲੀ ਦਲ ਦੇ ਨਾਲ ਰਹੇ ਅੱਜ ਢਿੰਡਸਾ ਗਰੁੱਪ ਨੂੰ ਜੁਆਇਨ ਕੀਤਾ ਕਿਵੇਂ ਲੱਗਦਾ ਹੈ ਤੇ ਕੀ? ਮੈਨੂੰ ਜੀ ਇੱਥੇ ਫਰਕ ਆ ਜਿਹੜਾ ਤੁਸੀਂ ਕਹਿੰਦੇ ਹੋ ਮੇਰੇ ਕੋਲ ਸ਼੍ਰੋਮਣੀ ਅਕਾਲੀ ਦਲ ਜੋ 1920 'ਚ ਬਣਿਆ ਸੀ ਇਹਦੇ ਵਿੱਚ ਹਜ਼ਾਰਾਂ ਲੱਖਾਂ ਸਿੰਘਾਂ ਨੇ ਕੁਰਬਾਨੀਆਂ ਦਿੱਤੀਆਂ। ਲਹੂ ਡੋਮ ਕਿਉਂ ਪਾਰਟੀ ਬਣਾਈ 1920 ਦੀ ਸ਼੍ਰੋਮਣੀ ਅਕਾਲੀ ਦਲ, ਅੱਜ ਉਹ ਅਕਾਲੀ ਦਲ ਇੱਕ ਪਰਿਵਾਰਵਾਦ ਦੇ ਘੇਰੇ ਵਿੱਚ ਆ ਕੇ ਰਹਿ ਗਿਆ। ਜੱਗ ਜਾਣ ਦਾ ਕੋਈ ਮੈਂ ਅਨੋਖੀ ਗੱਲ ਹੀ ਦੱਸ ਰਿਹਾ ਕਿ ਜ਼ਿੰਦਗੀ ਵਿੱਚ ਕਿਤੇ ਤੁਸੀਂ ਸੁਣਿਆ ਕਿ ਸਾਰੇ ਅਹੁਦੇ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ, ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ, ਰੈਵਨਿਊ ਮੰਤਰੀ, ਸੈਂਟਰ ਜਿਮਨ ਮੰਤਰੀ, ਭਤੀਜਾ ਮੰਤਰੀ, ਜਵਾਈ ਮੰਤਰੀ, ਪਰਿਵਾਰ ਤੋਂ ਬਾਹਰ ਕੋਈ ਚੀਜ਼ ਜਾਣ ਹੀ ਨਹੀਂ ਦਿੱਤੀ। ਅਕਾਲੀ ਦਲ ਕਿਹੜੇ ਸਿਧਾਂਤ ਦੇ ਬਣਿਆ ਸੀ? ਅਕਾਲੀ ਦਲ ਇਸ ਕਰਕੇ ਬਣਿਆ ਸੀ
तीजा मंत्री जवाई मंत्री परिवार तो बाहर कोई चीज जान ही नहीं दी। अकाली दल कड़े सिद्धांत से बढ़िया सी, अकाली दल इस करके बढ़िया सी कि सिख कौम के मसलों को हल कर सके और गुरुधामों की सेवा संभाल बढ़िया सी। लेकिन अज की हो रहा, असी गुरु ग्रंथ ते गुरु पंथ नूं अगे रख के चले सी। सरप्रकाश सिंह बादल बार बार एको गल कहते ने जिथे भी जाते ने कि पंजाब च मैनू कीड़ी तुरी जाती दिसदी है, मेरे ते भी यह ना महसूस करो कि मैं किसी नूं देख नहीं सकता। तुहाडे सामने गुरु ग्रंथ साहब की बेरुमती हो रही है और दीवारा जिहड़े पोस्टर लागे ने कि थोड़ा वापस ही चक लिया, थोड़े जो हिम्मत है तो लै जाओ वापस। उदू बाद 17 महीने तक साड़ी सरकार चलती है लेकिन कोई एक्शन नहीं। फिर वह सिट बना दिती जाती है जोरा सिंह की, उन्हें आपकी रिपोर्ट सौंप दी, उन्होंने उन्होंने दोषियों ने ना लेते। लेकिन वह सिट पता की किया उसका, किसी ने रिसीव ही नहीं की। वह जोरा सिंह 2 घंटे CM साहब के दफ्तर में बैठ के आ गया तो उत रख के मथा टेक के आ गया भी जिन्होंने लोड़ा चक लियो, मैं आपका काम निभाता दसता। उस तो बाद जस्टिस रणजीत सिंह की बनती है, जस्टिस रणजीत सिंह की जी सिट बनी उन्हें भी डिटो उ गल कही जो सर जोरा सिंह ने कही, किसी सिट का कोई रिजल्ट नहीं निकल दिता, बल्कि उल्टा जो कुछ करना चाहिए सी। सानू थोड़े सामने अपने शहर के भी किसान यूनियन, टीचर यूनियन और बिजली मुलाजम बहुत सारे जथेबंदियां धरने दिंदियां ने, आपां भी दिंदे रहे हैं, चौंकां भी दिंदे रहे हैं, रेल गड्डियां रोकते रहे हैं। कितने किसी ने अज तक पानी की पछाड़ भी मारी, बल्कि वध तों वध गल कहिंदे सी कि ट्रैफिक डिगणी है, GT रोड आ, तुसीं इक साइड ते कर लो, इन्हां कहिंदे सी। लेकिन गोली नहीं चली और डंडा किसी ने डंडा नहीं मारिया। साड़ी सरकार विच सिख 2 टाइम अरदास करके कहता कि आज्ञा भई अकाल की तभी चलायो पंथ, सब सिखण को हुक्म है गुरु मान्यो ग्रंथ। असी साडा बापू दे साडे बाप दे, तू मेरा पिता, तू मेरा माता, तू मेरा बंधप, तू मेरा भ्राता, उहदे अंगां दी व्यवधी करके गलियां विच रोल दिता गया। और उसने उल्ट की होया, सौदा शाह की फिल्म जी MSC सी उन्होंने चलाने अक्षय कुमार के घर किमें बैठ के सौदे हुए, और उस सौदे के तहत जिथे वह फिल्म का पोस्टर लगे होंदा सी, उस पोस्टर के सामने 2 सिपाही एक हौदा ड्यूटी देंदे सी कि पोस्टर ना कोई पार जाए। जो असी गुरु ग्रंथ साहब की गल करनी चाही, सानू मिलिया कि गोलियां, इंसाफ की बजाय गोलियां मिलियां। सर प्रकाश सिंह बादल सिख नहीं, सर सुखबीर सिंह बादल सिख नहीं, और यह मंदभागी घटना उत्थे नहीं रुकी है। उस तो बाद बहवल कलां गोलीकांड वह वापर गया, सौदा साहब की माफ़ी। असी सिखिज़म दे विच असी यह कहने हैं गल और मनते हैं कि दुनिया के तख्त तो जो कोई बड़ा तख्त है वह श्री अकाल तख्त साहब हद करती इन्होंने, उन्होंने भी एक आपका एक परिवार के बिजनेस का अंग समझ लिया। क्योंकि अज जे कमेट अज बादल परिवार का श्रोमणी कमेटी पर कब्जा, श्रोमणी अकाली दल पर कब्जा, अकाल तख्त साहब पर कब्जा और सारे अहदे परिवार के विच ने, कोई पुछण वाला नहीं रहा। अज उत्थे जाके जो सौदा साहब नूं मुआफ़ी दवाई और 90 लाख के इश्तहार दिते गए उन्हों जायज ठहराने के लिए कि असी जो कुछ किया ठीक किया, पर संगत ने रौला पा लिया भी यह करतूत क्यों की, वो तो इतने आया नहीं, साथ आया नहीं। और एक होर गल दसा, उन्हें माफ़ी भी नहीं मंगी, माफ़ी का शब्द भी अकाल तख्त से बैठ के लिखा गया और फिर वापस ले ली। हम दसो तुम ये अकाल तख्त साहब का जत्थेदार की गल है, काके जी मैं गल पूरी खोल। और मैं इन्ना कहना चाहना कि कौम नूं उड़ीक सी किसी एक अजिहे आदमी की जिहड़ा जिहदे अक्स ते कोई दाग ना होवे, जिहड़ा कौम दी योग अगवाई कर सके। पर की
विशेष खबरों की जानकारी लेने के लिए सब्सक्राइब करें हमारे चैनल यूनिवर्सल न्यूज नेशन, लाइक शेयर एंड कमेंट।